ਪੰਜਾਬ ਕਾਂਗਰਸ ਵੱਲੋਂ ਵੱਡਾ ਬਦਲ ਕੀਤਾ ਗਿਆ ਸੀ, ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ। ਲੱਗਦਾ ਉਹ ਤਾਂ ਹੁਣ ਬੱਕਰੀ ਦੀਆਂ ਧਾਰਾਂ 'ਚ ਆਉਂਦੇ ਆ, ਉਹ ਕੰਮ ਉਹਨਾਂ ਨੇ ਆਪਣਾ ਦੇਖ ਲਿਆ, ਉਹ ਚਾਹੁਣਗੇ। ਹਾਂਜੀ ਸਰ, ਜਿਹੜੇ ਰਿਜ਼ਲਟ ਆ ਰਹੇ ਨੇ ਲਗਾਤਾਰ ਆਮ ਆਦਮੀ ਪਾਰਟੀ ਜਿਹੜੀ ਜਿੱਤਦੀ ਦਿਖਾਈ ਦੇ ਰਹੀ ਹੈ, ਕਿਸ ਤਰ੍ਹਾਂ ਦੇਖਦੇ? ਦੇਖੋ ਪਹਿਲਾਂ ਸਭ ਤੋਂ ਆਮ ਆਦਮੀ ਪਾਰਟੀ ਨੂੰ, ਖਾਸ ਤੌਰ 'ਤੇ ਉਹਨਾਂ ਦੇ ਪ੍ਰਧਾਨ ਭਗਵੰਤ ਮਾਨ ਜੀ, ਜਿਹੜੇ ਬੜੇ ਚਿਰ ਦੇ ਪੰਜਾਬ ਦੇ ਵਿੱਚ ਮਿਹਨਤ ਕਰ ਰਹੇ ਸੀ, ਚਾਹੇ ਚਾਹੇ ਵੱਖ ਵੱਖ ਉਹ ਪਾਰਟੀਆਂ 'ਚ ਰਹੇ ਪਰ ਉਹ ਪੰਜਾਬ ਨਾਲ ਜੁੜੇ ਰਹੇ, ਅਤੇ ਮੇਰੇ ਦੋਸਤ ਨੇ ਅੱਜ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ, ਵਧਾਈ ਦਿੰਦੇ ਹਾਂ। ਬਹੁਤ ਵੱਡਾ ਫੈਸਲਾ ਜਿਹੜਾ ਲੋਕਾਂ ਨੇ ਉਹਨਾਂ ਦੇ ਹੱਕ 'ਚ ਕੀਤਾ, ਅਤੇ ਅੱਜ ਉਹ ਅੱਗੇ ਚੰਗਾ ਕੰਮ ਕਰ ਸਕਣ ਪੰਜਾਬ ਲਈ, ਅੱਜ ਤਾਂ ਸਿਰਫ ਇਹੀ ਦੁਆ ਕਰਦੇ ਹਾਂ। ਕਿਤੇ ਨਾ ਕਿਤੇ ਐਗਜ਼ਿਟ ਪੋਲ ਦੇ ਨਤੀਜਿਆਂ ਤੋਂ ਜਿਹੜੀ ਆ ਮੋਡ ਅਸੀਂ ਦਿਖਾਈ ਦੇ ਰਹੀ ਆ, ਤੁਸੀਂ ਕਿਹਾ ਸੀ ਵੀ ਐਗਜ਼ਿਟ ਪੋਲ ਦੇ ਨਤੀਜੇ ਜਿਹੜੇ ਨੇ ਸਹੀ ਨਹੀਂ ਹੁੰਦੇ? ਮੈਂ ਤਾਂ ਕੁਛ ਨਹੀਂ ਕਿਹਾ ਐਗਜ਼ਿਟ ਪੋਲ 'ਤੇ, ਮੇਰਾ ਤਾਂ ਕੋਈ ਬਿਆਨ ਨਹੀਂ ਆਇਆ ਕਿਤੇ। ਚਲੋ ਹੋਰ ਹੁਣ ਇਹ ਕੀ ਕਹਿਣਾ ਹੁੰਦਾ ਵੀ ਇਹ ਸਹੀ ਨੇ ਫੈਸਲੇ, ਇਹ ਤਾਂ ਕੁਦਰਤੀ ਗੱਲ ਆ। ਇਹ ਤਾਂ ਗੱਲਾਂ ਪਿਛਲੀ ਵਾਰ ਵੀ 100 ਸੀਟਾਂ ਕਹਿੰਦੇ ਸੀ ਨਹੀਂ ਆਈਆਂ ਸੀ, ਉਦੋਂ ਸਹੀ ਹੋ ਗਿਆ ਸੀ। ਇਸ ਕਰਕੇ ਇਹ ਵਿਸ਼ਾ, ਇਹ ਤਾਂ ਅਲੱਗ ਇੱਕ ਪੈਸਾ ਬਣਾਉਣ ਦੀ ਮਸ਼ੀਨ ਆ, ਉਹਨੂੰ ਆਪਾਂ ਇਸ ਗੱਲ 'ਚ ਨਾ ਲਈ ਅੱਜ ਲਈਏ। ਅੱਜ ਤਾਂ ਜਿਹੜੀ ਗੱਲ ਆ ਉਹ ਉਹਨਾਂ ਨੂੰ ਮੁਬਾਰਕਬਾਦ, ਅਤੇ ਅੱਜ ਜਿਹੜਾ ਉਹਨਾਂ ਦਾ ਰਿਜ਼ਲਟ ਆਇਆ, ਮੈਂ ਸਮਝਦਾ ਉਹਨਾਂ ਨੂੰ ਮੁਬਾਰਕਬਾਦ, ਅਤੇ ਉਹਨਾਂ ਨੂੰ ਅੱਗੇ ਕਾਮਨਾ ਕਰਨੀ ਆ ਵੀ ਉਹ ਚੰਗਾ ਪੰਜਾਬ, ਜਿਹੜਾ ਕਮੀਆਂ ਅਸੀਂ ਛੱਡੀਆਂ ਉਹ ਦੂਰ ਕਰ ਸਕਣ, ਪੰਜਾਬ ਨੂੰ ਨਸ਼ੇ ਤੋਂ ਦੂਰ ਕਰ ਸਕਣ, ਪੰਜਾਬ 'ਚੋਂ ਰੋਜ਼ ਨਵੀਂ ਤੋਂ ਨਵੀਂ ਨੌਕਰੀ ਦੇਣ, ਪੰਜਾਬ ਦੇ ਵਿੱਚ ਉਹ ਕਰਪਸ਼ਨ ਫਰੀ ਸਰਕਾਰ ਬਣਾਉਣ। ਜਿਹੜੀਆਂ ਗੱਲਾਂ ਉਹਨਾਂ ਨੇ ਵਾਅਦੇ ਕੀ ਆ, ਗਰੰਟੀਆਂ ਦਿੱਤੀਆਂ, ਉਹ ਪਰਮਾਤਮਾ ਉਹਨਾਂ ਤੋਂ ਪੂਰੀਆਂ ਕਰਾਵੇ। ਹਰ ਘਰ 'ਚ ਮੁਫਤ ਬਿਜਲੀ ਮਿਲੇ, ਮੁਫਤ ਪਾਣੀ ਮਿਲੇ, ਨੌਕਰੀਆਂ ਮਿਲਣ ਸਾਰੀਆਂ। ਅਸੀਂ ਹੁਣ ਓਪੋਜੀਸ਼ਨ ਦਾ ਕੰਮ ਆ ਸਾਡਾ, ਉਹ ਅੱਜ ਤੋਂ ਹੀ ਅਸੀਂ ਆਪਣਾ ਜਿਹੜਾ ਸ਼ੁਰੂ ਕਰਾਂਗੇ। ਉਹਨਾਂ ਨੇ ਸਰਕਾਰ ਦਾ ਕੰਮ ਕਰਨਾ, ਅਸੀਂ ਅੱਜ ਓਪੋਜੀਸ਼ਨ 'ਚ ਹਾਂ, ਅਸੀਂ ਉਹ ਆਪਣੀ ਜ਼ਿੰਮੇਵਾਰੀ ਲੋਕਾਂ ਦੀ ਨਿਭਾਉਣੀ ਆ, ਜਿਹੜੀ ਉਹ ਸ਼ੁਰੂ ਕਰਾਂਗੇ। ਕਾਰਨ ਕੀ ਲੱਗਦਾ ਵਾ? ਕਾਰਨ ਤਾਂ ਹਜੇ ਮੈਂ ਸਮਝਦਾ ਜਲਦਬਾਜ਼ੀ ਹੋਊ, ਅੱਜ ਤਾਂ ਸਿਰਫ ਉਹਨਾਂ ਨੂੰ ਮੁਬਾਰਕਬਾਦ ਆ। ਕਾਰਨ ਵੀ ਤੁਹਾਡੇ ਮੂਹਰੇ ਦੱਸਾਂਗੇ, ਉਹ ਵੀ ਬੜੇ ਵੱਡੇ ਕਾਰਨ ਨੇ, ਤੁਹਾਨੂੰ ਦੱਸਿਆ ਹੀ ਆ। ਜਿਵੇਂ ਵੱਡਾ ਕਾਰਨ ਤਾਂ ਇਹ ਆ ਵੀ ਲੋਕਾਂ ਨੇ ਦੁਖੀ ਹੋ ਕੇ ਅਕਾਲੀ ਦਲ ਨੂੰ ਪਿੱਛੇ ਸਿੱਟਿਆ ਸੀ। ਕੈਪਟਨ ਅਮਰਿੰਦਰ ਸਿੰਘ ਜਿਹੜੇ ਸਾਡੇ ਮੁੱਖ ਮੰਤਰੀ, 4.5 ਸਾਲ ਉਹ ਰਲ ਕੇ ਖੇਡੀ ਗਏ ਮਜੀਠੀਏ ਨਾਲ, ਬਾਦਲਾਂ ਨਾਲ। ਉਹ ਜਦ ਤੋਂ ਹੀ ਅਸੀਂ ਚੇਂਜ ਕੀਤਾ ਉਹ ਲੇਟ ਹੋ ਗਿਆ। ਲੋਕਾਂ ਨੇ ਇਹ ਕਿਹਾ ਵੀ ਇਹ 2 ਸਾਲ ਪਹਿਲਾਂ ਕਰਦੇ ਤਾਂ ਇਹ ਅਸੀਂ ਮੰਨਦੇ। ਉਹ ਜਿਹੜਾ ਲੇਟ ਹੋਈ ਆ ਚੇਂਜ, ਉਹ ਕੋਵਿਡ ਕਰਕੇ ਹੋਈ, ਕਿਵੇਂ ਹੋਈ, 6 ਮਹੀਨੇ ਪਹਿਲਾਂ ਜਿਹੜੀ ਉਹ ਲੋਕਾਂ ਨੇ ਉਸ ਗੱਲ ਨੂੰ ਮੰਨਿਆ ਨਹੀਂ। ਪਰ ਨੁਕਸਾਨ ਆ ਜਿਹੜਾ ਸਭ ਤੋਂ ਵੱਡਾ ਹੈ, ਉਹ ਜਿਹੜਾ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ਨਾਲ ਮਿਲ ਕੇ ਖੇਡ ਖੇਡੀ ਆ, ਇਸੇ ਕਰਕੇ ਤਾਂ ਕਾਂਗਰਸ ਲਿਆਉਂਦੀ ਸੀ ਵੀ ਇਹ ਬਾਦਲਾਂ ਨੇ ਜਿਹੜੇ ਗੰਦ ਪਾਇਆ ਉਹਨਾਂ ਨੂੰ ਭਜਾਓ। ਪਰ ਜਦੋਂ ਕੈਪਟਨ ਅਮਰਿੰਦਰ ਸਿੰਘ ਨਾਲ ਰਲ ਗਏ ਤਾਂ ਉਹਦਾ ਸਾਨੂੰ ਨੁਕਸਾਨ ਅਜੇ ਉਠਾਉਣਾ ਪਿਆ। ਵੱਡੇ ਚਿਹਰੇ ਜਿਹੜੇ ਨੇ, ਵੱਡੇ ਚਿਹਰਿਆਂ ਦੀ ਹਾਰ ਹੋਈ ਆ, ਕਿਤੇ ਨਾ ਕਿਤੇ ਨਵੇਂ ਜਿਹੜੇ ਉਮੀਦਵਾਰ ਆਏ ਨੇ ਉਹਨਾਂ ਨੂੰ ਵੀ ਜਿਹੜਾ ਨਹੀਂ, ਨਵੇਂ ਪੁਰਾਣੇ ਦੀ ਗੱਲ ਨਹੀਂ, ਉਹ ਤਾਂ ਮੈਂ ਤੁਹਾਨੂੰ ਦੱਸਿਆ ਕੈਂਡੀਡੇਟ ਤਾਂ ਸਾਡੀ ਵਿੱਚੋਂ ਗਏ ਹੋਏ ਆ ਸਾਰੇ, ਕੋਈ ਪੁਰਾਣਾ ਤਾਂ ਨਵਾਂ ਤਾਂ ਹੈ ਹੀ ਨਹੀਂ, ਸਾਰੀ ਕਾਂਗਰਸ 'ਚੋਂ ਆ, ਅਕਾਲੀ ਦਲ 'ਚੋਂ ਆ। ਗੱਲ ਇੱਕ ਇਹ ਸੀ, ਬਦਲ ਦੀ ਗੱਲ ਸੀ, ਲੋਕਾਂ ਨੇ ਇਹ ਕਿਹਾ ਵੀ ਤੀਜੀ ਧਿਰ ਨੂੰ ਇਸ ਵਾਰ ਜਿਹੜਾ ਉਹ ਮੌਕਾ ਦੇ ਕੇ ਦੇਖੋ। ਬੰਦੇ ਉਹੀ ਨੇ, ਬੰਦੇ ਤੁਸੀਂ ਲੁਧਿਆਣੇ 'ਚ ਵੀ ਉਹੀ ਦੇਖੋਗੇ ਜਿਹੜੇ ਸਿਆਸਤ ਕਰਦੇ ਆ, ਮੈਂ ਤਾਂ ਹਮੇਸ਼ ਬਾਕੀ ਵੀ ਉਹੀ ਨੇ, ਤੁਸੀਂ ਆਪ ਡਾਟਾ ਇਹ 'ਤੇ ਕਰੋ, ਸਰਚ ਕਰੋ, ਉਹਦੇ ਵਿੱਚ ਉਹੀ ਲੱਭਣਗੇ। ਅਤੇ ਉਹ ਨਹੀਂ ਕੋਈ ਬਦਲਿਆ, ਬਦਲ ਲੋਕ ਚਾਹੁੰਦੇ ਸੀ, ਇੱਕ ਪਾਰਟੀ ਬਦਲੀ ਆ। ਜੇ ਅਸੀਂ ਆਮ ਆਦਮੀ ਪਾਰਟੀ ਬਦਲ ਕੇ ਕਾਂਗਰਸ ਦਾ ਨਾਂ ਰੱਖ ਲੈਂਦੇ, ਕਾਂਗਰਸ ਨੇ ਉਹਨੂੰ ਵੋਟ, ਲੋਕਾਂ ਨੇ ਉਹਨੂੰ ਵੋਟ ਪਾ ਦੇਣੀ ਸੀ। ਲੋਕਾਂ ਨੇ ਸਿਰਫ ਇਹ ਦੇਖਿਆ ਵੀ ਇੱਕ ਨਵੀਂ ਨੂੰ, ਨਵਾਂ ਬ੍ਰਾਂਡ ਨੂੰ ਮੌਕਾ ਦਈਏ, ਇਹ ਗੱਲ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੌਕਾ, ਕਾਂਗਰਸ ਨੂੰ ਹੀ ਵੋਟ ਪਈ ਆ ਇਨਡਾਇਰੈਕਟਲੀ, ਕਹਿਣ ਦਾ ਮਤਲਬ ਕਿਤੇ ਨਾ ਕਿਤੇ? ਨਹੀਂ ਚਲੋ, ਉਹ ਤਾਂ ਮੈਂ ਨਹੀਂ ਇਹ ਗੱਲ ਕਹੂੰਗਾ, ਜੇ ਕਾਂਗਰਸ ਨੂੰ ਵੋਟ ਪੈਂਦੀ ਤਾਂ ਅਸੀਂ ਸਰਕਾਰ ਬਣਾਈ ਹੁੰਦੀ। ਪਰ ਬੰਦੇ ਉਹੀ ਨੇ, ਸਿਰਫ ਜਿਹੜਾ ਹੈ ਉਹ ਬ੍ਰਾਂਡ ਨਵਾਂ ਪਾ ਕੇ, ਟੀ ਸ਼ਰਟ ਦਾ ਜਿਵੇਂ ਕੋਈ ਪਾ ਕੇ ਆ ਜਾਂਦਾ ਹੈ ਇਸ ਵੇਲੇ, ਉਸ ਵੱਲ ਦਾ ਪਾਇਆ ਹੋਇਆ। ਕਿਸੇ ਨੇ ਜਿਹੜਾ ਬ੍ਰਾਂਡ ਹੈ ਇਸ ਵੇਲੇ ਉਹ ਨਾਈਕੀ ਦਾ ਪਾ ਲਿਆ, ਹੈਂਜੀ, ਉਹ ਇੰਨਾ ਹੀ ਫਰਕ ਆ। ਬਾਕੀ ਬੰਦੇ ਵਿੱਚ ਸਾਰੇ ਉਹੀ ਨੇ, ਪਰ ਅੱਜ ਇਹੋ ਜਿਹੀਆਂ ਗੱਲਾਂ ਨਾ ਕਰਦੇ ਹੋਏ ਅੱਜ ਸਿਰਫ ਉਹਨਾਂ ਨੂੰ ਮੁਬਾਰਕਬਾਦ ਅਤੇ ਵਧਾਈ। ਪੰਜਾਬ ਕਾਂਗਰਸ ਵੱਲੋਂ ਵੱਡਾ ਬਦਲ ਕੀਤਾ ਗਿਆ ਸੀ, ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ, ਲੱਗਦਾ ਉਹ ਤਾਂ ਹੁਣ ਬੱਕਰੀ ਦੀਆਂ ਧਾਰਾਂ 'ਚ ਆਉਂਦੇ ਆ, ਉਹ ਕੰਮ ਉਹਨਾਂ ਨੇ ਆਪਣਾ ਦੇਖ ਲਿਆ, ਉਹ ਚਾਹੁਣਗੇ।